ਉਧਰ ਅੰਟੇਰੀਓ ਸਰਕਾਰ ਵੱਲੋਂ ਸੈਕਸ ਐਜੂਕੇਸ਼ਨ ਦੇ ਸੰਬੰਧ ਵਿੱਚ ਨਵਾਂ ਪਾਠਕ੍ਰਮ ਜਾਰੀ ਕਰ ਦਿੱਤਾ ਗਿਆ। ਪਿਛਲੇ ਸਾਲ ਪ੍ਰੋਗਰੈਸਿਵ ਕੰਜ਼ਰਵੇਟਿਵਸ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਸਾਬਕਾ ਲਿਬਰਲ ਸਰਕਾਰ ਦੇ ਸੈਕਸ ਐਜੂਕੇਸ਼ਨ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ ਸੀ। ਪ੍ਰੋਗਰੈਸਿਵ ਕੰਜ਼ਰਵੇਟਿਵਸ ਦੇ ਇਸ ਫੈਸਲੇ ਦੀ ਚਫੇਰਿਓਂ ਨਿੰਦਾ ਹੋਈ ਸੀ ਤੇ ਪ੍ਰੋਵਿੰਸ ਦਾ ਕਹਿਣਾ ਕਿ ਜਨਤਾ ਦੀ ਫੀਡਬੈਕ ਅਤੇ ਮਾਹਿਰਾਂ ਦੀ ਸਲਾਹ ਲੈਣ ਤੋਂ ਬਾਅਦ ਪਹਿਲੀ ਤੋਂ 8ਵੀਂ ਕਲਾਸ ਤੱਕ ਦੇ ਪਾਠਕ੍ਰਮ ਨੂੰ ਅਪਡੇਟ ਕਰ ਦਿੱਤਾ ਗਿਆ ਤੇ ਐਜੂਕੇਸ਼ਨ ਪਾਠਕ੍ਰਮ ਨੂੰ ਕੰਜ਼ਰਵੇਟਿਵ ਸਰਕਾਰ ਵੱਲੋਂ 1998 ਵਾਲੇ ਪਾਠਕ੍ਰਮ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਸੀ ਅਤੇ ਪਿਛਲੀ ਲਿਬਰਲ ਸਰਕਾਰ ਦੇ 2015 ਵਿੱਚ ਲਾਗੂ ਕੀਤੇ ਗਏ ਪਾਠਕ੍ਰਮ ਨੂੰ ਫੋਰਡ ਸਰਕਾਰ ਵੱਲੋਂ ਮਨਸੂਖ ਕੀਤੇ ਜਾਣ ਤੋਂ ਬਾਅਦ ਅਜਿਹਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟੋਰੀਜ਼ ਵੱਲੋਂ ਲਿਬਰਲਸ ਦੇ ਉਸ ਸੈਕਸ ਐਜੂਕੇਸ਼ਨ ਪਾਠਕ੍ਰਮ ਨੂੰ ਮਨਸੂਖ ਕੀਤਾ ਗਿਆ ਸੀ ਜਿਹੜਾ ਰਜਾਮੰਦੀ, ਆਨਲਾਈਨ ਬੁਲਿੰਗ, ਸਮਲਿੰਗੀ ਸੰਬੰਧ ਅਤੇ ਲਿੰਗਕ ਪਛਾਣ ਦੀ ਗੱਲ ਕਰਦਾ ਸੀ ਤੇ ਹੁਣ ਨਵੇਂ ਪਾਠਕ੍ਰਮ ਵਿੱਚ ਵੀ ਅਜਿਹੇ ਲੈਸਨ ਪੜ੍ਹਾਉਣੇ ਜਾਰੀ ਰੱਖੇ ਜਾਣਗੇ। ਪਰ ਕੁਝ ਮਾਮਲਿਆਂ ਵਿੱਚ ਅਜਿਹਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਵਿਦਿਆਰਥੀ ਥੋੜੇ ਵੱਡੇ ਹੋ ਜਾਣਗੇ। ਪਾਠਕ੍ਰਮ ਵਿੱਚ ਮੈਰੂਆਨਾ ਦੇ ਨਾਲ ਜੁੜੇ ਹੋਰਨਾਂ ਮੁੱਦਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ।